ਮੇਰੇ ਵੀਰ ਖੜੇ ਆ ਭਾਈ ਅਵਤਾਰ ਸਿੰਘ ਜੀ ਬਰਮਾ, ਕਿਹਨੂੰ ਕਿਹਨੂੰ ਪਤਾ, ਹੱਥ ਖੜੇ ਕਰਿਓ। ਇੰਸਟਾਗ੍ਰਾਮ ਵਾਲੀਆਂ ਕੁੜੀਆਂ ਦਾ ਕਿਹਨੂੰ ਕਿਹਨੂੰ ਪਤਾ, ਹੱਥ ਖੜੇ ਕਰਿਓ। ਪਤਾ ਨਾ, ਪਰ ਇਹਨਾਂ ਨੇ ਕੁਛ ਨਹੀਂ ਕੀਤਾ, ਉਹਨੇ ਕੁਰਬਾਨੀ ਦਿੱਤੀ ਹੈ ਯਾਰ। ਬੜੀ ਸ਼ਰਮ ਵਾਲੀ ਗੱਲ ਆ। ਸਿੱਖ ਇਤਿਹਾਸ 'ਚ ਇੱਕ ਇੱਕ ਯੋਧਾ, ਇੱਕੋ ਇੱਕ ਸੂਰਮਾ ਹੋਇਆ ਜਿਹਨੇ ਹੈਲੀਕਾਪਟਰ ਸੁੱਟਿਆ। ਮੇਰੇ ਕੋਲ ਬੜੇ ਗੀਤ ਲਿਖੇ ਪਏ, ਚੰਗੇ ਵੀ ਲਿਖੇ ਪਏ, ਗੰਦ ਵੀ ਲਿਖਿਆ ਪਿਆ। ਮੇਰੀਆਂ ਭੈਣਾਂ ਬੈਠੀਆਂ, ਮੈਂ ਸੁਣਾ ਸਕਦਾ, ਪਰ ਮੇਰੀਆਂ ਭੈਣਾਂ ਬੈਠੀਆਂ, ਮੈਂ ਨਹੀਂ ਸੁਣਾਊਂਗਾ। ਕਿਉਂ? ਕਿਉਂਕਿ ਮੈਂ ਸੁਣਾਊਂਗਾ, ਨੌਜਵਾਨ ਯੂਥ ਖੜ੍ਹਾ ਮੇਰੇ ਭਰਾ, ਤੁਹਾਨੂੰ ਪਤਾ ਲੱਗੇ ਸਾਡੀ ਕੌਮ 'ਚ ਕਿਹੜੇ ਕਿਹੜੇ ਯੋਧੇ ਹੋਏ ਆ। ਭਾਈ ਸ਼ੀਤਲ ਸਿੰਘ ਜੀ ਮੱਤੇ ਵਾਲੀ ਆ, ਜਾਣਦੇ ਹੋ? ਜੱਜ ਜੌਲਾ ਵਾਲਾ ਨਹੀਂ ਜਾਣਦੇ? ਕੁਛ ਸਾਡੀ ਕੌਮ 'ਚ ਐਸੇ ਯੋਧੇ ਹੋਏ ਆ ਜਿਨ੍ਹਾਂ ਦੇ ਘਰਾਂ 'ਚ ਅੱਜ ਰੋਟੀ ਪੱਕਣੀ ਬੜੀ ਮੁਸ਼ਕਲ ਆ। ਬਾਬਾ ਜੀ, ਮੈਨੂੰ ਸਾਰੇ ਜਾਣੇ ਅਵਾਰਡ ਦੇ ਦਿੰਦੇ ਆ ਕਿ ਇਹ ਗਦਾਰ ਆ। ਮੈਂ ਮੰਨ ਗਿਆ ਬਾਬਾ ਜੀ, ਮੈਂ ਗਦਾਰ ਹਾਂ। ਪਰ ਜਿਹੜੇ ਤੁਸੀਂ ਦੱਸੋ, ਗੱਲ ਕੌਣ ਕਰਦਾ? ਮੈਂ ਫਿਰ ਵੀ ਗੱਲ ਕਰਦਾ ਸਿੱਖੀ ਦੀ, ਪੰਜਾਬ ਦੀ। ਮੈਂ ਨਹੀਂ ਕਹਿੰਦਾ ਕਿ ਯਾਰ ਮੈਨੂੰ ਫੋਲੋ ਕਰੋ, ਪਰ ਮੈਂ ਕਹਿੰਦਾ ਯਾਰ ਉਹਨਾਂ ਬਾਰੇ ਸਰਚ ਜ਼ਰੂਰ ਕਰੋ। ਸਾਡੇ ਪੰਜਾਬ ਦੇ ਨੌਜਵਾਨ ਯੂਥ ਨੂੰ ਪਤਾ ਤਾਂ ਹੋਵੇ ਕਿ ਸਾਡੇ ਲਈ ਕੁਰਬਾਨੀ ਕਿਹਨੇ ਦਿੱਤੀ ਹੈ। ਕਿ ਸਿੰਘ ਅਵਤਾਰ ਬ੍ਰਹਮਾ ਸੀ, ਓਏ ਮਾਝੇ ਦੀ ਧਰਤੀ ਦਾ ਜਾਇਆ। ਜਦੋਂ ਕਿਤੇ ਮਾਝੇ ਦੀ ਗੱਲ ਹੁੰਦੀ ਤਾਂ ਆਪਾਂ ਹਿੱਕ ਚੌੜੀ ਕਰਕੇ ਕਹਿੰਦੇ ਕਿ ਆਪਾਂ ਮਝੈਲ ਆ, ਮਾਝੇ ਦੇ ਹਾਂ। ਪਰ ਸਾਨੂੰ ਪਤਾ ਹੀ ਨਹੀਂ ਸਾਡੇ ਮਾਝੇ 'ਚ ਕਿਹੜਾ ਕਿਹੜਾ ਸੂਰਮਾ ਹੋਇਆ, ਕਿਹੜਾ ਕਿਹੜਾ ਉੱਠਿਆ। ਬੜੀ ਸ਼ਰਮ ਵਾਲੀ ਗੱਲ ਹੈ ਯਾਰ। ਕਿ ਸਿੰਘ ਅਵਤਾਰ ਬ੍ਰਹਮਾ ਸੀ, ਓਏ ਮਾਝੇ ਦੀ ਧਰਤੀ ਦਾ ਜਾਇਆ। ਕਿ ਜਿਹਨੇ ਰਾਕਟ ਲਾਂਚਰਨਾ, ਓਏ ਸੀ ਆਰ ਪੀ ਦਾ ਜਹਾਜ ਸੀਡਾਇਆ। ਕਿ ਸਾਲੀ ਮੌਤ ਚੁਕਾ ਦਿੱਤੀ, ਅਸੀਂ ਖਾਂਦੇ ਨਹੀਂ ਭੈ ਮਿੱਤਰਾ। ਸਿੰਘ ਵੈਰੀ ਨੂੰ ਪਤਾ ਕੀ ਕਹਿੰਦੇ? ਕਹਿੰਦਾ ਓਏ ਦੱਸ ਅਸਮਾਨ ਵੰਗਾਰ ਦਈਏ, ਓਏ ਫਿਰ ਤੂੰ ਕਿਹੜੀ ਸ਼ੈ ਮਿੱਤਰਾ। ਓਏ ਅਸੀਂ ਮੌਤ ਵੰਗਾਰ ਦਈਏ, ਓਏ ਫਿਰ ਤੂੰ ਕਿਹੜੀ ਸ਼ੈ ਮਿੱਤਰਾ। ਕਿ ਮੱਤੇ ਆਲਸੀ ਪਿੰਡ ਚੋਬਰ ਦਾ ਵਿੱਚ ਕਮਾਦ ਦੇ ਡੇਰਾ। ਕਿ ਸ਼ੀਤਲ ਸ਼ੀਤਲ ਕਹਿੰਦੀ ਦੁਨੀਆ, ਸੀ ਆਰ ਪੀ ਪਾ ਲਿਆ ਘੇਰਾ। ਕਿ ਤੂਤ ਦੇ ਮੁੱਢ ਚ ਮੋਰਚਾ ਸਿੰਘ ਦਾ, ਹੱਥ ਖੜੇ ਕਰਵਾ ਕੇ ਓਏ ਗੱਭਰੂ ਤੁਰ ਚੱਲਿਆ। ਅਸਾਲਟ ਹਿੱਕ ਨਾਲ ਲਾ ਕੇ ਓਏ ਗੱਭਰੂ ਤੁਰ ਚੱਲਿਆ। ਓਏ ਮਿੱਤਰਾ ਅਣਖ ਪਗਾ ਕੇ ਸੂਰਮਾ ਤੁਰ ਚੱਲਿਆ। ਓਏ ਇਹਨਾਂ ਬਾਰੇ ਪੜ੍ਹਿਆ ਕਰੋ ਯਾਰ, ਇਹਨਾਂ ਬਾਰੇ ਲਿਖਿਆ ਕਰੋ, ਇਹਨਾਂ ਬਾਰੇ ਸਰਚ ਕਰਿਆ ਕਰੋ। ਇਹ ਕੌਣ ਸੀ? ਓ ਯਾਰ, ਸਾਡੇ ਲਈ ਘਰ ਬਾਰ ਪਰਿਵਾਰ ਛੱਡਤਾ, ਸਾਨੂੰ ਪਤਾ ਹੀ ਨਹੀਂ। ਬੜੀ ਮਾੜੀ ਗੱਲ ਆ ਬਾਬਾ ਜੀ। ਜੇ ਆਹ ਹਾਲਾਤ ਰਹੀ ਨਾ, ਤਾਂ ਗਾਂਹ ਕੋਈ ਮੁੜ ਕੇ ਦੁਬਾਰਾ ਸ਼ੀਤਲ ਵਰਗਾ, ਭਾਈ ਸਾਹਿਬ ਵਰਗਾ ਕੋਈ ਖੜ੍ਹਾ ਨਹੀਂ ਹੁੰਦਾ, ਕਿਉਂਕਿ ਆਪਾਂ ਕਦੇ ਉਹਨਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ। ਇਹ ਚੀਜ਼ਾਂ ਜ਼ਰੂਰੀ ਆ।